ਅੱਜ ਪਰਮੇਸ਼ਵਰ ਯਹੋਵਾ ਤੋਂ ਜਿਹੜੇ ਡਰ ਗਏ, ਜਿਹੜੇ ਅੱਜ ਆਪਣਾ ਕਹਿੰਦੇ ਸੀ ਕੰਮ ਕਿਸੇ ਨੂੰ ਟਾਈਮ ਹੀ ਨਹੀਂ, ਜਿਹੜੇ ਕਹਿੰਦੇ ਸਾਨੂੰ ਕੋਈ ਟਾਈਮ ਹੀ ਨਹੀਂ, ਕੰਮ ਦੇ ਵਿੱਚ ਉਲਝੇ ਹੋਏ, ਕੰਮ ਹੀ ਬੜੇ ਹੋ ਗਏ, ਤਾਂ ਅੱਜ ਦੇਖੋ ਅੱਜ ਸਾਨੂੰ ਕੰਮ ਹੈ ਨਹੀਂ ਅਤੇ ਅੱਜ ਘਰ ਦੇ ਵਿੱਚ ਬੈਠ ਗਏ ਹਾਂ, ਅੱਜ ਪਰਮੇਸ਼ਵਰ ਤੋਂ ਦੂਰ ਹੋ ਗਏ ਹਾਂ। ਅੱਜ ਪੂਰਨਮਾਸੀ ਯਹੋਵਾ ਦੇ ਉੱਤੇ ਮੈਂ ਯਹੋਵਾ ਦਿਨ ਪੂਰਨਮਾਸੀ ਦੇ ਕੀਰਤਨ ਲਾ ਕੇ ਉਹਦਾ ਧੰਨਵਾਦ ਕਰਦਾ ਹਾਂ ਅਤੇ ਇਸ ਅੱਗੇ ਰੱਖਦਾ ਹਾਂ ਜੋ ਅੱਜ ਆਪਾਂ ਨੂੰ ਕੰਮ ਸੀ ਅਤੇ ਕੰਮ ਦੇ ਵਿੱਚ ਘਰੇ ਵਿਹਲੇ ਬੈਠ ਗਏ ਹਾਂ, ਵਿਹਲੇ ਬੈਠ ਕੇ ਅੱਜ ਤਰਸਦੇ ਰਹੇ ਹਾਂ। ਆਪਾਂ ਪਹਿਲਾਂ ਕੰਮਾਂ ਦੇ ਵਿੱਚ ਇੰਨੇ ਉਲਝੇ ਹੋਏ ਸੀ, ਟਾਈਮ ਹੀ ਨਹੀਂ ਮਿਲ ਹੀ ਨਹੀਂ ਸਕਦੇ, ਮਿੰਟਾਂ ਦੇ ਸੈਕਿੰਡਾਂ ਦੇ ਵੀ ਟਾਈਮ ਨਹੀਂ ਸੀ ਕੰਮ 'ਤੇ ਚੱਲੇ ਹਾਂ। ਅੱਜ ਦੇਖੋ ਸਾਰੇ ਘਰ ਦੇ ਵਿੱਚ ਬੈਠੇ ਹਾਂ। ਪਹਿਲਾਂ ਹੀ ਇਹ ਪਰਮੇਸ਼ੁਰ ਨੂੰ ਯਾਦ ਕੀਤਾ ਹੁੰਦਾ ਕਿ ਆਪਾਂ ਨੂੰ ਅੱਜ ਘਰ ਵਿੱਚ ਬੈਠਣ ਦੀ ਲੋੜ ਨਹੀਂ ਪੈਣੀ ਸੀ, ਤਾਂ ਆਪਾਂ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ। ਖੁਦਾ ਮੇਰਿਆ ਟਾਈਮ ਨਹੀਂ ਸੀ ਕਰਦਾ, ਪਿਤਾ ਮੇਰਿਆ ਤੇਰੇ ਬਿਨਾ ਨਿਸਰਦਾ, ਤੂੰ ਰਾਜਾਉਂਦਾ ਰਾਜਾ ਸਾਰੇ ਅੰਦਰ ਬੈਠ ਕੇ ਰੋਂਦੇ ਕੀ ਹੋ ਗਿਆ, ਕੀ ਪਾਣਾ ਵਰਤ ਗਿਆ, ਕਰੋਨਾ ਜੀਆਂ ਬਿਮਾਰੀਆਂ ਆਈਆਂ, ਤਨੇ ਛੋਟਾ ਕੀ ਵੱਡਾ ਸਾਰੇ ਡਰ ਬੰਦਿਆ ਪਰਮੇਸ਼ਰ ਤੋਂ ਤੂੰ ਡਰ ਬੰਦਿਆ ਤੂੰ ਪਰਮੇਸ਼ਰ ਤੋਂ ਡਰ ਬੰਦਿਆ, ਨਾਮ ਸਿਮਰਨ ਤੋਂ ਕਰ ਪਰਮੇਸ਼ਰ ਦਾ, ਨਾਮ ਸਿਮਰਨ ਤੋਂ ਕਰ ਪਰਮੇਸ਼ਰ ਦਾ, ਉਹਦੇ ਕੋਲੋਂ ਡਰ ਬੰਦਿਆ ਪਰਮੇਸ਼ਰ ਕੋਲੋਂ ਡਰ ਬੰਦਿਆ, ਹੁਣ ਤੂੰ ਰੋਨਾ ਤੇ ਕਰ ਲਾਉਣਾ, ਅੰਦਰ ਵਿੱਚ ਕੇ ਟਾਈਮ ਪਾਸ ਨਹੀਂ ਹੁੰਦਾ, ਪਹਿਲਾਂ ਹੀ ਤੂੰ ਸਵੇ ਸਵੇਰੇ ਨਾਮ ਪ੍ਰਭੂ ਦਾ ਲੈਂਦਾ, ਤੇਰੇ ਕੰਮ ਕਾਰ ਜੀ ਚੱਲਦੇ ਰਹਿੰਦੇ, ਦੁੱਖਾਂ ਤੋਂ ਬਚਿਆ ਰਹਿੰਦਾ, ਅੱਜ ਕੀ ਪਾਣਾ ਵਰਤ ਗਿਆ ਅੰਦਰ ਬੈਠ ਕੇ ਰੋਂਦਾ, ਇਹ ਕੀ ਪਾਣਾ ਵਰਤ ਗਿਆ ਅੰਦਰ ਬੈਠ ਕੇ ਰੋਂਦਾ, ਥੋੜ੍ਹਾ ਬਹੁਤਾ ਸਮਾਂ ਤੂੰ ਕੱਢ ਲੈ, ਸੁਬਹ ਸ਼ਾਮ ਤੂੰ ਪਰਮੇਸ਼ਵਰ ਨੂੰ ਯਾਦ ਕਰ ਲੈ, ਸੁਬਹ ਸ਼ਾਮ ਤੂੰ ਪਰਮੇਸ਼ਵਰ ਦੇ ਲਈ ਸਮਾਂ ਕੱਢ ਲੈ, ਫਿਰ ਤੂੰ ਰੋਣਾ ਤੇ ਕਰ ਲਾਉਣਾ ਕੀ ਪਾਣਾ ਵਰਤ ਗਿਆ, ਫਿਰ ਤੂੰ ਰੋਣਾ ਤੇ ਕਰ ਲਾਉਣਾ ਇਹ ਕੀ ਪਾਣਾ ਵਰਤ ਗਿਆ, ਤੈਨੂੰ ਹੁਣ ਕਿਵੇਂ ਟਾਈਮ ਮਿਲ ਗਿਆ ਰਿਸ਼ਤੇਦਾਰਾਂ ਤੋਂ ਮਿਲਣ ਤੋਂ, ਕਿਸੇ ਨੂੰ ਮਿਲ ਨਹੀਂ ਸਕਦਾ ਸੀ, ਕੰਮਾਂ ਕਾਰਜਾਂ ਦੇ ਵਿੱਚ ਫਸਿਆ ਸੀ, ਪਰਮੇਸ਼ਰ ਨੂੰ ਭੁੱਲ ਗਿਆ ਸੀ, ਡਰ ਬੰਦਿਆ ਪਰਮੇਸ਼ਰ ਕੋਲੋਂ ਡਰ ਬੰਦਿਆ, ਇੱਕ ਦਿਨ ਜਾਣਾ ਸਮੇਂ ਅਨੁਸਾਰ, ਇੱਕ ਦਿਨ ਜਾਣਾ ਸਭ ਨੇ ਸਮੇਂ ਅਨੁਸਾਰ, ਬੰਦਿਆ ਅੰਦਰ ਬਹਿ ਗਿਆ ਟੁੱਟ ਕੇ, ਕੋਈ ਨਹੀਂ ਆਉਣਾ ਮੇਰੇ ਤੇਰੇ, ਪਰਮੇਸ਼ਵਰ ਦੇ ਕ੍ਰੋਧ ਵਿੱਚ ਆ ਗਏ ਬੰਦਿਆ, ਹੁਣ ਤੂੰ ਬੈਠਾ ਸੋਚਦਾ ਮੈਂ ਕੀ ਕਰਾਂ, ਮੈਂ ਕਿਵੇਂ ਬਚਾਇਆ ਜਾਵਾਂ, ਪਰ ਉਹ ਯਿਸੂ ਦੇ ਵਚਨਾਂ ਦੇ ਵਿੱਚ ਲਿਖਿਆ, ਮਹਾਂਵਾਰੀ ਤੇ ਕਰੋਨਾ ਆਉਣੀ, ਜਦੋਂ ਦੁੱਖ ਪਾਪ ਵੱਧ ਜਾਣਾ ਧਰਤੀ ਤੇ, ਦੁੱਖ ਤੇ ਪਾਪ ਵੱਧ ਜਾਣਾ ਧਰਤੀ ਤੇ, ਫਿਰ ਰੋਣਾ ਤੇ ਕਰਨਾ ਬੰਦਿਆ, ਉਹ ਆ ਗਿਆ ਸਮਾਂ ਮੇਰੇ, ਉਹ ਆ ਗਿਆ ਸਮਾਂ ਮੇਰੇ, ਦੁੱਖਾਂ ਦੇ ਪਾਪ ਤੋਂ ਚੜਾਉਣਾ ਨਹੀਂ ਕਿਸੇ ਨੇ, ਉਹ ਆ ਗਿਆ ਸਮਾਂ ਹੁਣ ਨੇੜੇ,
ਦੁੱਖਾਂ ਤੇ ਪਾਪ ਤੋਂ ਛੁਡਾਉਣਾ ਨੀ ਕਿਸੇ ਨੇ। ਪਿੱਛੇ ਬੋਲਿਆ ਕਰੋ, ਦੁੱਖਾਂ ਤੇ ਪਾਪ ਤੋਂ ਛੁਡਾਉਣਾ ਨੀ ਕਿਸੇ ਨੇ। ਉਹ ਨਾਮ ਸਿਮਰਨ ਜਪ ਲੈ ਬੰਦਿਆ, ਉਹ ਘੜੀ ਨਾਮ ਸਿਮਰਨ ਜਪ ਲੈ ਬੰਦਿਆ, ਕੰਮ ਤੇਰੇ ਆਉਣਾ ਬੰਦਿਆ। ਬੈਠਾ ਬੈਠਾ ਥੱਕ ਗਿਆ, ਬੈਠਾ ਗਿਆ ਅੱਕ ਗਿਆ, ਪੂਰਾ ਧਿਆਨ ਲਾ ਕੇ ਵੇਖ ਬੰਦਿਆ, ਪਰਮੇਸ਼ਰ ਤੋਂ ਤੂੰ ਬੜਾ ਦੂਰ ਬੰਦਿਆ। ਨਾਮ ਸਿਮਰਨ ਤੂੰ ਕਰ ਲੈ, ਔਖੇ ਵੇਲੇ ਆਊ ਕੰਮ ਬੰਦਿਆ। ਹੇ ਯਸ਼ੂ ਨੇ ਕੀਤੇ ਵਾਲੇ, ਯਸ਼ੂ ਨੇ ਕੀਤੇ ਵਾਲੇ, ਕੰਮ ਤੇਰੇ ਆਊ ਬੰਦਿਆ। ਨਾਮ ਸਿਮਰਨ ਤੂੰ ਕਰ ਲੈ, ਔਖੇ ਵੇਲੇ ਆਊ ਕੰਮ ਬੰਦਿਆ। ਪਾਪਾਂ ਦੀਆਂ ਪੈ ਗਈਆਂ ਨੇ ਬੇੜੀਆਂ ਤੇਰੇ, ਇਹਨਾਂ ਕੋਲੋਂ ਕੌਣ ਤੈਨੂੰ ਛਡਾਊ ਬੰਦਿਆ। ਪਾਪਾਂ ਦੀਆਂ ਪੈ ਗਈਆਂ ਬੇੜੀਆਂ, ਇਹਨਾਂ ਕੋਲੋਂ ਕੌਣ ਤੈਨੂੰ ਛਡਾਊ ਬੰਦਿਆ। ਨਾਮ ਸਿਮਰਨ ਜਪ ਲੈ, ਔਖੇ ਵੇਲੇ ਆਊ ਕੰਮ ਬੰਦਿਆ। ਤੂੰ ਨਾਮ ਯਸ਼ੂ ਦਾ ਜਪ ਕੇ ਵੇਖ ਲੈ, ਇਹ ਹੈ ਸੱਚਾ ਖੁਦਾ ਹੋਏ ਬੰਦਿਆ, ਇਹ ਹੈ ਸੱਚਾ ਖੁਦਾ ਹੈ ਬੰਦਿਆ। ਨਾਮ ਸਿਮਰਨ ਕਰ ਲੈ, ਔਖੇ ਵੇਲੇ ਕੰਮ ਆਊ ਬੰਦਿਆ। ਪਾਪ ਨੇ ਤੇਰੇ ਪਾਈਆਂ ਬੇੜੀਆਂ, ਇਹਦੇ ਕੋਲੋਂ ਕਿਹੜਾ ਏ ਚੜਾਊ ਬੰਦਿਆ। ਪਾਪ ਨੇ ਪਾਈਆਂ ਤੇਰੇ ਬੇੜੀਆਂ, ਕਿਹੜਾ ਤੈਨੂੰ ਚੜਾਊ ਬੰਦਿਆ। ਨਾਮ ਸਿਮਰਨ ਤੂੰ ਕਰ ਲੈ, ਔਖੇ ਵੇਲੇ ਆਊ ਕੰਮ ਬੰਦਿਆ। ਵੱਡੀਆਂ ਵੱਡੀਆਂ ਬਿਮਾਰੀਆਂ ਤੇ ਵੱਡੇ ਵੱਡੇ ਕੰਮ ਕਰਕੇ ਦਿਖਾਊ ਬੰਦਿਆ। ਨਾਮ ਸਿਮਰਨ ਕਰ ਲੈ, ਔਖੇ ਵੇਲੇ ਆਊ ਕੰਮ ਬੰਦਿਆ। ਨਾਮ ਯਸ਼ੂ ਹੈ ਬਿਮਾਰੀਆਂ ਦਾ, ਨਾਮ ਮੁਕਤੀ ਦਾ ਨਾਮ ਬੰਦਿਆ। ਨਾਮ ਯਸ਼ੂ ਹੈ ਚੜਾਉਣ ਵਾਲਾ, ਇੰਨਾ ਹੀ ਬਿਮਾਰੀਆਂ ਤੂੰ ਜਪ ਕੇ ਤੂੰ ਵੇਖ ਲੈ, ਔਖੇ ਵੇਲੇ ਕੰਮ ਆਊਗਾ। ਨਾਮ ਤੂੰ ਕਰ ਲੈ, ਔਖੇ ਵੇਲੇ ਕੰਮ ਆਊਗਾ। ਵਾਦਾ ਮੈਂ ਕਰਦਾ ਹਾਂ, ਸੱਚ ਮੈਂ ਆਖਦਾ ਹਾਂ, ਜੇ ਤੂੰ ਬਿਮਾਰੀਆਂ ਤੋਂ ਬਚਣਾ, ਇਹ ਚੜਾਉਣ ਲਈ ਆਊ ਬੰਦਿਆ।
ਜਗਾਉਣ ਲਈ ਆਓ ਬੰਦਿਆ ਨਾਮ ਯਸ਼ੂ ਦਾ ਪੁਕਾਰ ਲੈ ਆਊਗਾ ਚੜਾਉਣ ਬੰਦਿਆ ਨਾਮ ਤੂੰ ਜਪ ਲੈ ਔਖੇ ਵੇਲੇ ਆਊ ਕੰਮ ਬੰਦਿਆ ਨਾਮ ਸਿਮਰਨ ਕਰ ਲੈ ਔਖੇ ਵੇਲੇ ਆਊ ਕੰਮ ਬੰਦਿਆ ਨਾਮ ਸਿਮਰਨ ਕਰ ਲੈ ਬੰਦਿਆ ਔਖੇ ਵੇਲੇ ਕੰਮ ਆਊਗਾ ਯਸ਼ੂ ਹੈ ਨਾਮ ਜਿਹੜਾ ਬਿਮਾਰੀਆਂ ਤੋਂ ਛੁਡਾਊਗਾ ਔਖੇ ਵੇਲੇ ਕੰਮ ਆਊਗਾ ਨਾਮ ਤੋਂ ਪ੍ਰਭੂ ਦਾ ਜਪ ਬੰਦਿਆ ਔਖੇ ਵੇਲੇ ਕੰਮ ਆਊਗਾ ਔਖੇ ਵੇਲੇ ਕੰਮ ਆਊਗਾ ਨਾਮ ਜਪ ਲੈ ਯਸ਼ੂ ਦਾ ਬੰਦਿਆ ਔਖੇ ਵੇਲੇ ਕੰਮ ਆਊਗਾ